ਰਾਸ਼ਟਰੀ ਸਿੱਖ ਸੰਗਤ ਦਾ ਇੱਕ ਵਫਦ ਅੱਜ ਜਥੇਦਾਰ ਹਰਮੰਦਰ ਸਾਹਿਬ ਜੀ ਨੂੰ ਮਿਲਣ ਪਹੁੰਚਿਆ ਜਿਸ ਵਿੱਚ ਰਾਸ਼ਟਰੀ ਜਨਰਲ ਸਕੱਤਰ ਸਰਦਾਰ ਰਗਬੀਰ ਸਿੰਘ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਪੰਜਾਬ ਦੇ ਪ੍ਰਚਾਰ ਸਕੱਤਰ ਅਤੇ ਜਨਰਲ ਸਕੱਤਰ ਅੰਮ੍ਰਿਤਸਰ ਡਾਕਟਰ ਸੰਦੀਪ ਸਿੰਘ ਅਤੇ ਯੂਥ ਪ੍ਰਧਾਨ ਸੁਰਜੀਤ ਸਿੰਘ ਮੌਜੂਦ ਸਨ ਰਾਮ ਜਨਮ ਭੂਮੀ ਦਾ ਨਿਰਮਾਣ ਦੇ ਸੰਬੰਧ ਵਿੱਚ ਸੱਦਾ ਪੱਤਰ ਜਥੇਦਾਰ ਜੀ ਨੂੰ ਦਿੱਤਾ ਗਿਆ ਇਸ ਦੇ ਨਾਲ ਹੀ ਅਯੋਧਿਆ ਵਿੱਚ ਇੱਕ ਗੁਰਦੁਆਰੇ ਵਿੱਚ ਰੱਖੇ ਹੋਏ ਪਾਠ ਦੇ ਭੋਗ ਸਮੇਂ ਅਰਦਾਸ ਕਰਨ ਦੀ ਵੀ ਬੇਨਤੀ ਕੀਤੀ ਗਈ ਮੈਂ ਰਘੁਵੀਰ ਸਿੰਘ ਰਾਸ਼ਟਰੀ ਮਹਾਮੰਤਰੀ ਰਾਸ਼ਟਰੀ ਸਿੱਖ ਸੰਗਤ ਜੋ ਕਿ ਸਾਰੇ ਭਾਰਤ ਵਰਸ਼ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਕੰਮਾਂ ਨੂੰ ਕਾਰਜਾਂ ਨੂੰ ਫੈਲਾਉਣ ਵਾਸਤੇ ਮੈਂ ਹਮੇਸ਼ਾ ਹੀ ਵਚਨਬੱਧ ਰਿਹਾ ਹਾਂ ਔਰ ਹਿੰਦੂ ਸਿੱਖ ਏਕਤਾ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਅਸੀਂ ਆਪਣਾ ਪੂਰਨ ਹਿੱਸਾ ਪਾ ਰਹੇ ਹਨ ਭਾਰਤ ਅਤੇ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਉਦੋਂ ਹੀ ਸਿੱਖ ਧਰਮ ਅਗਾਂਹਵਧੂ ਹੋ ਕੇ ਅਗਾਂਹ ਸੋਚ ਨਾਲ ਉਹਨਾਂ ਮਜ਼ਲੂਮਾਂ ਦੀ ਰੱਖਿਆ ਵਾਸਤੇ ਅੱਗੇ ਵਧੀ ਹੈ ਅੱਜ ਤੋਂ 1852 ਸਾਲ ਵਿੱਚ ਜਦੋਂ ਕਿ ਰਾਮ ਜਨਮ ਭੂਮੀ ਗੁਲਾਮ ਸੀਗੀ ਉਦੋਂ ਵੀ ਸਿੱਖਾਂ ਨੇ ਆਪਣੇ ਨਿਹੰਗ ਸਿੰਘਾਂ ਦੇ ਟੋਲੇ ਅਯੁੱਧਿਆ ਜੀ ਵਿਖੇ ਭੇਜੇ ਜਿਨ੍ਹਾਂ 'ਤੇ ਵੀ ਅਗਰ ਕੇਸ ਦਰਜ ਹੋਏ ਤਾਂ ਉਹਨਾਂ ਨਿਹੰਗ ਸਿੰਘਾਂ ਦੇ ਹੋਏ ਇਹ ਪ੍ਰਤੀਕ ਹੁੰਦਾ ਹੈ ਕਿ ਸਿੱਖ ਕੌਮ ਹਮੇਸ਼ਾ ਹੀ ਤਤਪਰ ਰਹੀ ਹੈ ਵੀ ਕੋਈ ਵੀ ਧਰਮ ਸਥਾਨ ਕਿਸੇ ਦੇ ਗੁਲਾਮ ਨਹੀਂ ਹੈ ਸਿੱਖ ਧਰਮ ਹਰ ਧਰਮ ਦੀ ਇੱਜ਼ਤ ਕਰਦਾ ਹੈ ਪਰੰਤੂ ਕਿਸੇ ਦੀ ਜਾਤੀ ਵੀ ਬਰਦਾਸ਼ਤ ਨਹੀਂ ਕਰਦਾ ਅੱਜ ਰਾਸ਼ਟਰੀ ਸਿੱਖ ਸੰਗਤ ਵੱਲੋਂ ਸਿੰਘ ਸਾਹਿਬਾਨ ਦੇ ਜਥੇਦਾਰ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਨਿਮੰਤਰਣ ਪੱਤਰ ਦੇਣ ਵਾਸਤੇ ਉਚੇਚੇ ਰੂਪ ਵਿੱਚ ਅਸੀਂ ਆਏ ਹਾਂ ਔਰ ਉਹਨਾਂ ਨੂੰ ਇਹ ਪ੍ਰਾਰਥਨਾ ਕੀਤੀ ਹੈ ਕਿ ਉਹ ਅਰਦਾਸ ਦੇ ਵਿੱਚ ਜੋ ਕਿ ਉੱਥੇ ਗੁਰਦੁਆਰਾ ਸਾਹਿਬ ਅਯੁੱਧਿਆ ਜੀ ਵਿਖੇ ਮਨਾਈ ਜਾ ਰਹੀ ਹੈ ਉਹਦੇ ਵਿੱਚ ਆਪਣੀ ਅਰਦਾਸ ਦਾ ਸ਼ਾਮਿਲ ਹੋਣਾ ਉਹਨਾਂ ਦਾ ਜ਼ਰੂਰੀ ਹੈ ਉਹਨਾਂ ਨੇ ਸਾਡੀ ਬੇਨਤੀ ਵੀ ਪ੍ਰਵਾਨ ਕਰ ਲਈ ਹੈ ਸੋ ਅੱਜ ਅਸੀਂ ਅੰਮ੍ਰਿਤਸਰ ਤੋਂ ਇੱਕ ਪੰਜ ਧਰਮ ਸਥਾਨਾਂ ਪੰਜ ਸਰੋਵਰਾਂ ਦਾ ਜਲ ਜੋ ਕਿ ਅਯੁੱਧਿਆ ਜੀ ਵਿਖੇ ਲੈ ਕੇ ਜਾ ਰਹੇ ਹਾਂ ਜਿਹਦੇ ਵਿੱਚ ਸ਼੍ਰੀ ਬਿਬੇਕ ਸਰ ਸ਼੍ਰੀ ਰਾਮ ਸਰ ਸ਼੍ਰੀ ਸੰਤੋਖ ਸਰ ਸ਼੍ਰੀ ਕੌਲ ਸਰ ਔਰ ਸ਼੍ਰੀ ਅੰਮ੍ਰਿਤਸਰ ਸਰ ਇਹਨਾਂ ਪੰਜਾਂ ਸਰੋਵਰਾਂ ਦਾ ਪਵਿੱਤਰ ਜਲ ਜੋ ਕਿ ਉੱਥੋਂ ਦੇ ਨਿਰਮਾਣ ਕਾਰਜਾਂ ਵਿੱਚ ਸਹਾਈ ਹੋਵੇਗਾ ਅਤੇ ਇਹ ਰਾਸ਼ਟਰ ਦੇ ਪ੍ਰਤੀ ਇੱਕ ਏਕਤਾ ਦਾ ਪ੍ਰਤੀਕ ਹੋਏਗਾ ਸਿੱਖ ਕੌਮ ਹਮੇਸ਼ਾ ਹੀ ਵੱਧ ਚੜ੍ਹ ਕੇ ਇਹਨਾਂ ਕੰਮਾਂ 'ਚ ਹਿੱਸਾ ਲਏਗੀ ਔਰ ਉਹਨਾਂ ਕੰਮਾਂ ਵਿੱਚ ਜਿਨ੍ਹਾਂ ਵਿੱਚ ਸਿੱਖ ਭਾਈਚਾਰਾ ਆਪਣੇ ਸਾਰੇ ਹੀ ਦੇਸ਼ ਵਿੱਚ ਦੀਪਮਾਲਾ ਜਗਾ ਕੇ ਉਹਨਾਂ ਦਾ ਇਸਤਕਬਾਲ ਕਰੇਗਾ ਉਹਨਾਂ ਦਾ ਸਤਿਕਾਰ ਕਰੇਗਾ ਰਾਮ ਲੱਲਾ ਜੋ ਕਿ ਅੱਜ ਤਿਰਪਾਲ ਦੇ ਰੂਪ ਵਿੱਚ ਬੈਠੇ ਸਨ ਉਹਨਾਂ ਨੂੰ ਆਪਣਾ ਅਸਲੀ ਮੰਦਰ ਉਹਨਾਂ ਦਾ ਅਸਲੀ ਘਰ ਜਿੱਥੇ ਅਸੀਂ ਜਾ ਕੇ ਮੱਥਾ ਟੇਕ ਕੇ ਨਤਮਸਤਕ ਹੁੰਦੇ ਹਾਂ ਆਪਣੀਆਂ ਆਸ਼ਾਵਾਂ ਦੀ ਪੂਰਤੀ ਕਰਦੇ ਹਾਂ ਅਤੇ ਭਾਰਤ ਵਰਸ਼ ਦੀ ਏਕਤਾ ਦੇ ਪ੍ਰਤੀਕ ਹੋਣ ਦੇ ਨਾਤੇ ਸਿੱਖ ਕੌਮ ਹਮੇਸ਼ਾ ਹੀ ਤਤਪਰ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸੰਦੀਪ ਸਿੰਘ ਰਾਸ਼ਟਰੀ ਸਿੱਖ ਸੰਗਤ ਅੰਮ੍ਰਿਤਸਰ ਦਾ ਜ਼ਿਲ੍ਹਾ ਸਕੱਤਰ ਪੰਜਾਬ ਦਾ ਪ੍ਰਚਾਰਕ ਸਾਡੇ ਨਾਲ ਇੱਕ ਅੱਜ ਵਫਦ ਜਿਨ੍ਹਾਂ ਵਿੱਚ ਸਰਦਾਰ ਰਘਵੀਰ ਸਿੰਘ ਰਾਸ਼ਟਰੀ ਜਨਰਲ ਸਕੱਤਰ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਅੰਮ੍ਰਿਤਸਰ ਦੇ ਯੂਥ ਪ੍ਰਧਾਨ ਸੁਰਜੀਤ ਸਿੰਘ ਅਤੇ ਹੋਰ ਸਾਥੀ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਅਸੀਂ ਮਿਲਣ ਆਏ ਸੀ ਅਯੁੱਧਿਆ ਵਿੱਚ 5 ਤਰੀਕ ਨੂੰ ਇੱਕ ਇਤਿਹਾਸਿਕ ਕੰਮ ਹੋਣ ਜਾ ਰਿਹਾ ਹੈ ਜੋ ਕਿ ਮੰਦਰ ਨਿਰਮਾਣ ਦਾ ਕੰਮ ਹੈ ਇਸ ਮੰਦਰ ਨਿਰਮਾਣ ਦੇ ਵਿੱਚ ਪੂਰੇ ਭਾਰਤ ਵਿੱਚੋਂ ਗਿਣੇ ਚੁਣੇ ਬੰਦਿਆਂ ਨੂੰ ਨਿਮੰਤਰਣ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਸਾਡੇ ਜਥੇਦਾਰ ਇੱਕ ਨੇ ਇੱਕ ਸੱਦਾ ਪੱਤਰ ਉਸ ਸੰਸਥਾ ਵੱਲੋਂ ਆਇਆ ਸੀਗਾ ਰਾਸ਼ਟਰੀ ਸਿੱਖ ਸੰਗਤ ਵੱਲੋਂ ਇਹ ਸੱਦਾ ਪੱਤਰ ਅਸੀਂ ਦੇਣ ਇੱਥੇ ਆਏ ਸੀਗੇ ਲੇਕਿਨ ਜਥੇਦਾਰ ਸਾਹਿਬ ਆਪਣੇ ਜ਼ਿਲ੍ਹਾ ਭੂਮੀ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਬਠਿੰਡਾ ਵਿੱਚ ਨੇ ਸੋ ਸਾਨੂੰ ਮਿਲ ਨਹੀਂ ਸਕੇ ਉਹਨਾਂ ਦੇ ਪੀਏ ਰਾਹੀਂ ਅਸੀਂ ਉਹ ਸੱਦਾ ਪੱਤਰ ਪਹੁੰਚਾ ਦਿੱਤਾ ਗਿਆ ਇਹਦੇ ਨਾਲ ਨਾਲ ਸਰਦਾਰ ਰਘਵੀਰ ਸਿੰਘ ਜੀ ਵੱਲੋਂ ਉਹਨਾਂ ਨੂੰ ਫੋਨ 'ਤੇ ਵਟਸਐਪ ਕਰਕੇ ਈਮੇਲ ਕਰਕੇ ਅਤੇ ਫੋਨ 'ਤੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਵੀ ਉਹਨਾਂ ਦਾ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ ਇਹ ਹਿੰਦੂ ਸਿੱਖ ਏਕਤਾ ਦਾ ਇੱਕ ਬੜਾ ਵੱਡਾ ਇਤਿਹਾਸਿਕ ਗਵਾਹ ਬਣਦਾ ਜਾ ਰਿਹਾ ਇਹ ਨਿਰਮਾਣ ਜਿਹੜਾ ਇਹ ਸਾਰੇ ਦੇਸ਼ ਲਈ ਇੱਕ ਬਹੁਤ ਜ਼ਰੂਰੀ ਚੀਜ਼ ਸੀਗੀ ਜਿਹਦੇ ਨਾਲ ਹਿੰਦੂ ਸਿੱਖਾਂ ਦਾ ਯੋਗਦਾਨ ਹਮੇਸ਼ਾ ਹਿੰਦੂਆਂ ਦੇ ਨਾਲ ਰਿਹਾ ਅਤੇ ਹਿੰਦੂਆਂ ਦਾ ਯੋਗਦਾਨ ਹਮੇਸ਼ਾ ਸਿੱਖਾਂ ਨਾਲ ਰਿਹਾ ਇਹਦੇ ਨਾਲ ਨਾਲ ਇੱਕ ਗੁਰਦੁਆਰਾ ਸਾਹਿਬ ਵਿਖੇ ਅਸੀਂ ਸ਼ੁਕਰਾਨਾ ਪਾਠ ਰਖਾਇਆ ਸੀਗਾ ਉਹ ਸ਼ੁਕਰਾਨੇ ਪਾਠ ਦੀ ਅਰਦਾਸ ਵਿੱਚ ਅਸੀਂ ਸਰਦਾਰ ਜਥੇਦਾਰ ਸਾਹਿਬ ਜਦ ਹਰਪ੍ਰੀਤ ਸਿੰਘ ਜੀ ਨੂੰ ਸਪੈਸ਼ਲੀ ਅਰਦਾਸ ਲਈ ਕਿਹਾ ਵੀ ਅਰਦਾਸ ਤੁਹਾਡੇ ਸਨਮੁੱਖੋਂ ਸੁਣਨਾ ਚਾਹੁੰਦੇ ਹਾਂ ਅਤੇ ਸੰਗਤਾਂ ਨੂੰ ਕੁਛ ਉਪਦੇਸ਼ ਵੀ ਦੇਣ ਇਹਨਾਂ ਲਈ ਅਸੀਂ ਇੱਥੇ ਭਰਵਾ ਸਵਾਗਤ ਵੀ ਦਾ ਪ੍ਰਬੰਧ ਕੀਤਾ ਸਾਡੇ ਕੌਮ ਦੇ ਸਭ ਨਾਲ ਵੱਡੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਸੀਂ ਉੱਥੇ ਧੰਨਵਾਦ ਕਰਦੇ ਹਾਂ ਜੇ ਸਾਡੇ ਕੋਲ ਉੱਥੇ ਪਹੁੰਚਣਗੇ ਉਹਨਾਂ ਵੱਲੋਂ ਅਸੀਂ ਪੂਰਾ ਸਨਮਾਨ ਕਰਾਂਗੇ ਜੀ ਕੈਮਰਾਮੈਨ ਮਨੋਜ ਭਗਤ ਕੇ ਸਾਥ ਸੰਦੀਪ ਸਿੰਘ ਕੀ ਰਿਪੋਰਟ ਲਾਈਵ ਭਾਰਤ